ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਹਾਂਜੀ ਰਖੜੀ ਆਉਣ ਵਾਲੀ ਆ ਰਖੜੀ ਦਾ ਤਿਹਾਰਾ ਜਿਹੜਾ ਆਉਣ ਵਾਲਾ ਹੈ ਤੇ ਘਰ ਵਿੱਚ ਮਠਿਆਈਆਂ ਬਣਾ ਕੇ ਜਿਹੜੀਆਂ ਆਪਾਂ ਤਿਆਰ ਕਰਾਂਗੇ ਤੇ ਤੁਸੀਂ ਵੀ ਜਰੂਰ ਇੱਕ ਵਾਰ ਟਰਾਈ ਜਰੂਰ ਕਰਕੇ ਦੇਖਿਓ ਅੱਜ ਆਪਾਂ ਬਣਾ ਰਹੇ ਹਾਂ ਜੀ ਮਲਾਈ ਜੈਸੇ ਲੱਡੂ ਬਹੁਤ ਹੀ ਟੇਸਟੀ ਬਹੁਤ ਹੀ ਲਾਜਵਾਬ ਇੱਕ ਵਾਰ ਬਣਾ ਕੇ ਖਾ ਲੇ ਤਾਂ ਤੁਸੀਂ ਵਾਰ-ਵਾਰ ਬਣਾਉਣ ਦੀ ਕੋਸ਼ਿਸ਼ ਕਰੋਗੇ ਬਹੁਤ ਹੀ ਜ਼ਿਆਦਾ ਟੇਸਟ ਦੀਆ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਆਂ ਤਿਆਰੀ ਕਰਦੇ ਆਂ ਤੁਹਾਨੂੰ ਦਿਖਾਉਣੇ ਆਂ ਇੱਧਰ ਆਪਾਂ ਦੋ ਪਾਂਡਿਆਂ ਦੇ ਵਿੱਚ ਦੁੱਧ ਲੈ ਲਿਆ 1.5 ਲੀਟਰ ਕੜਾਈ ਦੇ ਵਿੱਚ ਲੈ ਲਿਆ ਇਸ ਨੂੰ گاੜਾ ਕਰਨ ਦੇ ਲਈ ਤੇ 1.5 ਲੀਟਰ ਜਿਹੜਾ ਹੈ ਆਪਾਂ ਸਗਲੇ ਦੇ ਵਿੱਚ ਸ਼ੈਨਾ ਬਣਾਉਣ ਦੇ ਲਈ ਪਨੀਰ ਬਣਾਉਣ ਦੇ ਲਈ ਆਪਾਂ ਦੁੱਧ ਲੈ ਲਿਆ ਤੁਸੀਂ ਇੱਕ ਇੱਕ ਕਿਲੋ ਦੁੱਧ ਲੈ ਸਕਦੇ ਆ ਜਾਂ ਫਿਰ ਤੁਸੀਂ ਸਿਰਫ ਜਿਹੜਾ ਕਿ ਸ਼ੈਨੇ ਘਰੇ ਬਣਾਉਣ ਦੀ ਬਜਾਏ ਤੁਸੀਂ ਬਾਜ਼ਾਰੋਂ ਵੀ ਜਿਹੜਾ 250 ਗ੍ਰਾਮ ਪਨੀਰ ਲਿਆ ਸਕਦੇ ਆ ਇੱਧਰ ਆਪਾਂ ਕੜਾਈ ਦੇ ਵਿੱਚ 1.5 ਲੀਟਰ ਦੁੱਧ ਲੈ ਲਿਆ ਇਸ ਨੂੰ ਆਪਾਂ گاੜਾ ਹੋਣ ਤੱਕ ਪਕਾਵਾਂਗੇ ਜਿਹੜਾ ਜਿਵੇਂ ਆਪਾਂ ਖੋਏ ਤੋਂ ਘੱਟ ਬਣਾਵਾਂਗੇ ਤੇ ਇੱਧਰ ਜਿਹੜਾ ਹੈ ਆਪਣਾ ਸਗਲੇ ਦੇ ਵਿੱਚ ਦੁੱਧ ਗਰਮ ਹੋਣ ਲਈ ਰੱਖਿਆ ਇਸ ਨੂੰ ਇੱਕ ਉਬਾਲਾ ਆਉਣ ਤੱਕ ਜਿਹੜਾ ਹੈ ਆਪਾਂ ਗਰਮ ਕਰਨਾ ਇਸ ਦਾ ਆਪਾਂ ਸ਼ੈਨਾ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਮਠਿਆਈ ਬਣਦੀ ਆ ਕਿਉਂਕਿ ਰੱਖੜੀ ਦਾ ਜਿਹੜਾ ਤਿਆਰ ਆਉਣ ਵਾਲਾ ਤੇ ਆਪਾਂ ਘਰ ਵਿੱਚ ਹੀ ਜਿਹੜੀਆਂ ਮਠਿਆਈਆਂ ਬਣਾ ਸਕਦੇ ਆ ਤੁਸੀਂ ਵੀ ਜਰੂਰ ਬਣਾਇਓ ਲਓ ਜੀ ਦੁੱਧ ਨੂੰ ਗਰਮ ਹੋ ਗਿਆ ਇੱਕ ਉਬਾਲਾ ਆ ਗਿਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਿਆਂਗੇ ਤੇ ਇਸ ਦਾ ਜਿਹੜਾ ਆਪਾਂ 2 ਮਿੰਟ ਇਸ ਨੂੰ ਹਲਾ ਹਲਾ ਕੇ ਇਸ ਦੀ ਜਿਹੜੀ ਜ਼ਿਆਦਾ ਐਕਸਟਰਾ ਗਰਮੀ ਆ ਉਸ ਨੂੰ ਜਿਹੜਾ ਹੈ ਆਪਾਂ ਘਟਾ ਦਵਾਂਗੇ ਆ ਦੇਖੋ ਗੈਸ ਨੂੰ ਆਪਾਂ ਬੰਦ ਕਰਤਾ ਤੇ ਇੱਧਰ ਆਪਾਂ ਲੈ ਲਿਆ ਵਿਨੇਗਰ ਵਿਨੇਗਰ ਦੇ ਆਪਾਂ 3 ਤੋਂ 4 ਚਮਚ ਲੈਣੇ ਆ ਉਹਨਾਂ ਹੀ ਆਪਾਂ ਪਾਣੀ ਲੈਣਾ ਇਹਦੀ ਜਗ੍ਹਾ ਤੁਸੀਂ 2 ਨਿੰਬੂ ਨਿਚੋੜ ਕੇ ਲੈ ਸਕਦੇ ਆ ਤੇ ਉਹਦੇ ਵਿੱਚ ਵੀ ਜਿਹੜਾ ਤੁਸੀਂ ਬਰਾਬਰ ਮਾਤਰਾ ਤੋਂ ਥੋੜਾ ਜਿਹਾ ਪਾਣੀ ਜ਼ਿਆਦਾ ਲੈ ਲੈਣਾ ਆ ਦੇਖੋ ਇਹ ਚਮਚਾ ਜਿਹੜਾ ਵੱਡਾ ਹੈ ਜੇਕਰ ਛੋਟੇ ਚਮਚਾ ਤਾਂ ਤੁਸੀਂ 4 ਚਮਚ ਲੈ ਲੈਣੇ ਵਿਨੇਗਰ ਦੇ ਤੇ 4 ਹੀ ਤੁਸੀਂ ਪਾਣੀ ਦੇ ਪਾ ਲੈਣੇ ਆ ਆ ਦੇਖੋ ਮੈਂ ਜਿਵੇਂ ਹੁਣ ਇਹਦੇ ਕਰ ਵਿਨੇਗਰ ਲਿਆ ਤੇ ਇਹਦੇ ਵਿੱਚ ਮੈਂ ਪਾਣੀ ਲੈ ਲਿਆ 3-4 ਚਮਚੀ ਜੇਕਰ ਤੁਸੀਂ ਨਿੰਬੂ ਲੈਣਾ ਚਾਹੋ ਨਾ ਤਾਂ ਨਿੰਬੂ ਵੀ ਜਿਹੜਾ ਉਨਾ ਪਾਣੀ ਲੈ ਸਕਦੇ ਆ ਤੇ ਹੁਣ ਆਪਾਂ ਇਹਨੂੰ ਹਲਾ ਹਲਾ ਕੇ 2 ਮਿੰਟਾ ਜਿਹੜੀ ਹੈ ਇਹਦੀ ਐਕਸਟਰਾ ਗਰਮਾਇਸ਼ ਆ ਉਸ ਨੂੰ ਆਪਾਂ ਘਟਾ ਦੇਣਾ ਜਿਆਦਾ ਵੀ ਆਪਾਂ ਇਹਨੂੰ ਠੰਡਾ ਨਹੀਂ ਕਰਨਾ ਜਦੋਂ ਸ਼ੈਨਾ ਬਣਾਉਣਾ ਇੱਕ ਤਾਂ ਆਪਾਂ ਪਨੀਰ ਬਣਾਉਣੇ ਆ ਸਬਜ਼ੀ ਬਣਾਉਣ ਦੇ ਲਈ ਜਦੋਂ ਆਪਾਂ ਮਠਿਆਈ ਦੇ ਲਈ ਸ਼ੈਨਾ ਬਣਾਉਣਾ ਹੁੰਦਾ ਉਦੋਂ ਇਹ ਤੁਸੀਂ ਇਸ ਤਰੀਕਾ ਨੂੰ ਤਰੀਕੇ ਨੂੰ ਫੋਲੋ ਜ਼ਰੂਰ ਕਰੋ ਧਿਆਨ ਦੇ ਨਾਲ ਦੇਖਿਓ ਤੇ ਸਮਝਿਓ ਜਦੋਂ ਵੀ ਸ਼ੈਨਾ ਬਣਾਉਣਾ ਹੁਣ ਆਪਾਂ ਥੋੜਾ ਥੋੜਾ ਕਰਕੇ ਜਿਹੜਾ ਇਹਦੇ ਵਿੱਚ ਵਿਨੇਗਰ ਪਾਵਾਂਗੇ ਸਿਰਕਾ ਸਿਰਕਾ ਤੁਸੀਂ ਕੋਈ ਵੀ ਵੈਜੀਟੇਬਲ ਲੈ ਸਕਦੇ ਆ ਵਾਈਟ ਜਿਹੜਾ ਤੁਸੀਂ ਸਿਰਕਾ ਲੈਣਾ ਹੈ ਇਹ ਇਹਨੂੰ ਥੋੜਾ ਥੋੜਾ ਕਰਕੇ ਆਪਾਂ ਪਾਈ ਜਾਣਾ ਤੇ ਹਿਲਾਇ ਜਾਣਾ ਉਨੀ ਦੇਰ ਆਪਾਂ ਜਿਹੜਾ ਪਾਵਾਂਗੇ ਜਿੰਨੀ ਦੇਰ ਪਾਣੀ ਅਲੱਗ ਨਹੀਂ ਹੋ ਜਾਂਦਾ ਤੇ ਪਨੀਰ ਅਲੱਗ ਨਹੀਂ ਹੋ ਜਾਂਦਾ ਇਹ ਜਿਹੜਾ ਆਪਣਾ ਤਰੀਕਾ ਬਿਲਕੁਲ ਸੌਖਾ ਤੇ ਆਸਾਨ ਤਰੀਕਾ ਹੈ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ ਤੁਸੀਂ ਵੀ ਬਣਾ ਲਓਗੇ ਜਦੋਂ ਵੀ ਸ਼ੈਣਾ ਬਣਾਉਣਾ ਮਠਿਆਈ ਦੇ ਲਈ ਸ਼ੈਣਾ ਬਣਾਇਆ ਜਾਂਦਾ ਸਬਜ਼ੀ ਦੇ ਲਈ ਨਾਰਮਲ ਪਨੀਰ ਬਣਾਇਆ ਜਾਂਦਾ ਉਹਦੇ ਲਈ ਆਪਾਂ ਨੂੰ ਜਿਹੜਾ ਨਾਤਾ ਦੁੱਧ ਨੂੰ ਜ਼ਿਆਦਾ ਗਰਮੈਸ਼ ਘਟਾਉਣ ਦੀ ਲੋੜ ਪੈਂਦੀ ਨਹੀਂ ਪਾਣੀ ਪਾਉਣਾ ਪੈਂਦਾ ਲਓ ਜੀ ਆ ਦੇਖੋ ਪਾਣੀ ਆਪਣਾ ਅਲੱਗ ਹੋ ਗਿਆ ਤੇ ਪਨੀਰ ਆ ਜਿਹੜਾ ਹੈ ਆਪਣਾ ਅਲੱਗ ਹੋ ਗਿਆ ਹੁਣ ਆਪਾਂ ਇੱਕ ਕੱਪੜਾ ਲੈ ਕੇ ਉਹਦੇ ਵਿੱਚ ਪਨੀਰ ਨੂੰ ਜਿਹੜਾ ਕੱਢ ਦਵਾਂਗੇ ਤੇ ਉਸ ਫਿਰ ਬਾਅਦ ਵਿੱਚ ਆਪਾਂ ਜਿਹੜਾ ਇਸ ਨੂੰ 2-3 ਪਾਣੀ ਦੇ ਨਾਲ ਤੇ ਇਸ ਦਾ ਖੱਟਾਪਨ ਦੂਰ ਕਰਾਂਗੇ ਆ ਦੇਖੋ ਹੁਣ ਆਪਾਂ ਜਿਹੜਾ ਇਹਨੂੰ 2-3 ਪਾਣੀਆਂ ਦੇ ਨਾਲ ਪਨੀਰ ਨੂੰ ਜਿਹੜਾ ਸ਼ੈਨੇ ਨੂੰ ਇਹਦਾ ਖੱਟਾ ਪਾਣੀ ਕੱਢ ਦੇਣਾ ਇਹਨੂੰ ਸਾਫ਼ ਕਰ ਲੈਣਾ ਕਿਉਂਕਿ ਆਪਾਂ ਮਠਿਆਈ ਬਣਾ ਰਹੇ ਆਂ ਮਠਿਆਈ ਦੇ ਵਿੱਚ ਜਿਹੜੀ ਇਹਦੀ ਖਟਾਸ ਨਹੀਂ ਹੋਣੀ ਚਾਹੀਦੀਗੀ 2-3 ਪਾਣੀਆਂ ਦੇ ਨਾਲ ਇਹਨੂੰ ਧੋ ਲੈਣਾ ਆ ਦੇਖੋ ਇਸ ਤਰ੍ਹਾਂ ਜਿਹੜਾ ਤੁਸੀਂ ਦੋ ਵਾਰ ਜਾਂ ਤਿੰਨ ਵਾਰ ਪਾਣੀ ਪਾ ਲਓ ਤੇ ਪਨੀਰ ਆ ਜਿਹੜਾ ਹੈ ਆਪਣਾ ਧੋ ਕੇ ਇਹਦੇ ਵਿੱਚੋਂ ਖੱਟਾ ਪਾਣੀ ਆ ਨਿਕਲ ਜਾਊਗਾ ਹੁਣ ਆਪਾਂ ਇਹਨੂੰ ਘਟਕੇ ਨਿਚੋੜ ਦਵਾਂਗੇ ਤੇ ਨਿਚੋੜਨ ਤੋਂ ਬਾਅਦ ਆਪਾਂ ਇਹਨੂੰ 5-7 ਮਿੰਟ ਲਈ ਜਿਹੜਾ ਇਹਦੇ ਤੇ ਭਾਰ ਦੇ ਕੇ ਰੱਖ ਦਿਆਂਗੇ ਤਾਂ ਕਿ ਜਿਹੜਾ ਇਹਦੇ ਵਿੱਚੋਂ ਬਿਲਕੁਲ ਪਾਣੀ ਆ ਜਿਹੜਾ ਨਿਕਲ ਜਾਵੇ ਆ ਦੇਖੋ ਹੁਣ ਆਪਾਂ ਇਹਨੂੰ ਘੁੱਟ ਕੇ ਨਿਚੋੜਤਾ ਹਲੇ ਵੀ ਜਿਹੜਾ ਪਨੀਰ ਦੇ ਵਿੱਚ ਪਾਣੀ ਆ ਤੇ ਇਹਦੇ ਤੇ ਆਪਾਂ ਥੋੜਾ ਜਿਹਾ ਵਜਨ ਰੱਖ ਕੇ ਤੇ ਇਹਨੂੰ 5-7 ਮਿੰਟ ਲਈ ਰੱਖ ਦਾਂਗੇ ਲਓ ਜੀ ਆਪਣੇ ਸ਼ੈਨਾ ਬਣਾਉਂਦੇ ਬਣਾਉਂਦੇ ਆਪਣਾ ਇੱਧਰ ਦੁੱਧ ਆ ਜਿਹੜਾ ਕਾਫੀ ਜਿਹੜਾ ਘਟ ਗਿਆ ਗਰਮ ਹੋ ਗਿਆ ਕੜੀ ਜਾ ਰਿਹਾ ਸੀਗਾ ਤੇ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਹੇ ਸੀਗੇ ਤੇ ਦੇਖਦੇ ਰਹੇ ਸੀਗੇ ਇਹਨੂੰ ਆਪਾਂ ਓਨੀ ਦੇਰ ਪਕਾਉਣਾ ਜਿੰਨੀ ਦੇਰ 1.5 ਲੀਟਰ ਦੇ ਵਿੱਚੋਂ ਇੱਕ ਕੱਪ ਨਹੀਂ ਰਹਿ ਜਾਂਦਾ ਮੰਨ ਕੇ ਚੱਲੋ 4-500 ਗ੍ਰਾਮ 400 ਗ੍ਰਾਮ 300 ਗ੍ਰਾਮ ਇਸ ਤਰ੍ਹਾਂ ਜਿਵੇਂ ਖੋਏ ਦੀ ਤਰ੍ਹਾਂ ਇਹਨੂੰ ਗਾੜਾ ਨਹੀਂ ਬਣਾਉਣਾਗਾ ਉਸ ਤੋਂ ਥੋੜਾ ਜਿਹਾ ਲਿਕਵਿਡ ਹੀ ਰੱਖਾਂਗੇ ਜਦੋਂ ਇੱਕ ਕੱਪ ਦੇ ਇਹ ਕਰੀਬ ਰਹਿ ਗਿਆ ਉਦੋਂ ਆਪਾਂ ਇਹਦੇ ਵਿੱਚ ਸ਼ੈਨ ਜਿਹੜਾ ਆਪਾਂ ਬਣਾ ਕੇ ਰੱਖਿਆ ਪਨੀਰ ਬਣਾ ਕੇ ਰੱਖਿਆ ਉਹਨੇ ਦੇ ਵਿੱਚ ਮਿਕਸ ਕਰਾਂਗੇ ਇਸ ਤਰ੍ਹਾਂ ਇਹਨੂੰ ਕਾੜੀ ਜਾਣਾ ਹਾਈ ਫਲੇਮ ਤੇ ਲੋ ਜੀ ਉਧਰ ਆਪਣਾ ਜਿਹੜਾ ਖੋਆ ਬਣ ਰਿਹਾ ਤੇ ਹੁਣ ਇੱਧਰ ਪਨੀਰ ਲੈ ਲਿਆ ਹੀ ਨੂੰ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇੱਕ ਆਪਾਂ ਥਾਲ ਦੇ ਵਿੱਚ ਪਾ ਕੇ ਕੋਈ ਵੀ ਖੁੱਲਾ ਭਾਂਡਾ ਲੈ ਲੋ ਤੇ ਇਸ ਦਾ ਜਿਵੇਂ ਹੱਥਾਂ ਦੇ ਨਾਲ ਆਪਾਂ ਇਹਨੂੰ ਮੈਸ਼ ਕਰ ਸਕਦੇ ਹਾਂ ਜਾਂ ਫਿਰ ਮੈਸ਼ਰ ਦੇ ਨਾਲ ਵੀ ਹਲਕਾ-ਹਲਕਾ ਮੈਸ਼ ਕਰਨਾ ਜ਼ਿਆਦਾ ਮੈਸ਼ ਨਹੀਂ ਕਰਨਾ ਤਾਂ ਕਿ ਜਿਹੜਾ ਇਹਦੇ ਵਿੱਚ ਅ ਕਈ ਵਾਰੀ ਹੁੰਦਾ ਕਿ ਜ਼ਿਆਦਾ ਮੋٹے ਪੀਸ ਰਹਿ ਜਾਂਦੇ ਆ ਤਾਂ ਕਰਕੇ ਜਿਹੜਾ ਆਪਾਂ ਇਹਨੂੰ ਮੈਸ਼ ਕਰ ਸਕਦੇ ਆ ਜਾਂ ਕद्दूकस ਕਰ ਸਕਦੇ ਆ ਜਾਂ ਹੱਥਾਂ ਦੇ ਨਾਲ ਹੀ ਮੈਸ਼ ਕਰ ਸਕਦੇ ਆ ਜ਼ਿਆਦਾ ਵੀ ਇਹਨੂੰ ਆਪਾਂ ਜਿਹੜਾ ਮੈਸ਼ ਨਹੀਂ ਕਰਨਾ ਇੱਧਰ ਦੇਖੋ ਅੱਗੇ ਨਾਲੋਂ ਕਾਫੀ ਜਿਹੜਾ ਆਪਣਾ ਦੁੱਧ ਘਟ ਗਿਆ ਹੈ ਤੇ ਆਪਣੇ ਜਿਹੜੇ ਹੋਰ 5-7 ਮਿੰਟ ਲੱਗ ਜਾਣਗੇ ਜਦੋਂ ਵੀ ਤੁਸੀਂ ਇਸ ਤਰ੍ਹਾਂ ਖੋਏ ਨੂੰ ਬਣਾਉਣਾ ਤੇ ਹਾਈ ਫਲੇਮ ਤੇ ਬਣਾਉਣਾ ਫਿਰ ਜਿਹੜਾ ਇਹਦਾ ਕਲਰ ਆ ਚਿੱਟਾ ਰਹੂਗਾ ਵਾਈਟ ਰਹੂਗਾ ਜੇ ਆਪਾਂ ਲੋ ਮੀਡੀਅਮ ਤੇ ਬਣਾਵਾਂਗੇ ਤਾਂ ਫਿਰ ਇਹਦਾ ਕਲਰ ਆ ਜਿਹੜਾ ਬ੍ਰਾਊਨ ਹੋਣਾ ਸ਼ੁਰੂ ਹੋ ਜੂ ਲਓ ਜੀ ਆਪਾਂ ਖੰਡ ਵੀ ਪਾਤੀ ਆ ਤੇ ਅੱਗੇ ਨਾਲ ਉਹ ਦੇਖੋ ਖੋਏ ਦੀ ਤਰ੍ਹਾਂ ਇਹ ਬਣ ਗਿਆ ਆ ਤੁਹਾਨੂੰ ਦੱਸ ਰਿਹਾ ਨਾ ਵੇ ਪੂਰੀ ਤਰ੍ਹਾਂ ਖੋਆ ਵੀ ਨਹੀਂਗਾ ਤੇ ਪੂਰੀ ਤਰ੍ਹਾਂ ਦੁੱਧ ਵੀ ਨਹੀਂ ਹੈਗਾ ਤੇ ਇੱਕ ਕੱਪ ਜਿਹੜਾ ਇਹ 1.5 ਲੀਟਰ ਦੇ ਵਿੱਚੋਂ ਘਟ ਗਿਆ ਤੇ ਹੁਣ ਆਪਾਂ ਮਿੱਠਾ ਜਿਹੜਾ ਲੈਣਾ ਉਹ ਸਵਾਦ ਅਨੁਸਾਰ ਲੈਣਾ ਜਿੰਨਾ ਕ ਤੁਹਾਨੂੰ ਪਸੰਦ ਆ ਤੇ ਮੈਂ ਛੋਟੀ ਕੌਲੀ ਲਈ ਆ ਬਿਲਕੁਲ ਛੋਟੀ ਕੌਲੀ ਆ 100 ਗ੍ਰਾਮ ਤੋਂ ਵੀ ਘੱਟ ਲਿਆ ਆ ਆਪਾਂ ਕਿਉਂਕਿ ਜਿਆਦਾ ਮਿੱਠਾ ਕਈ ਵਾਰ ਨਹੀਂ ਵੀ ਵਧੀਆ ਲੱਗਦਾ ਲਓ ਜੀ ਹੁਣ ਆਪਾਂ ਜਿਹੜਾ ਪਨੀਰ ਲੈ ਲਿਆ ਮੈਸ਼ ਕੀਤਾ ਹੋਇਆ ਹੁਣ ਆਪਾਂ ਹਾਈ ਫਲੇਮ ਤੇ ਜਿਹੜਾ ਇਹਨੂੰ ਲੋ ਮੀਡੀਅਮ ਨਹੀਂ ਕਰਨਾਗਾ ਹਾਈ ਫਲੇਮ ਤੇ ਆਪਾਂ ਇਸ ਨੂੰ ਪਕਾਵਾਂਗੇ ਓਨੀ ਦੇਰ ਪਕਾਵਾਂਗੇ ਜਿੰਨੀ ਦੇਰ ਇਹਦੇ ਵਿੱਚੋਂ ਬਿਲਕੁਕੁਲ ਦੁੱਧ ਨਹੀਂ ਸੁੱਕ ਜਾਂਦਾ ਜਿਵੇਂ ਤੁਹਾਨੂੰ ਲਿਕੜ ਲੱਗ ਰਿਹਾ ਵਿੱਚ ਦੁੱਧ ਪਾਣੀ ਕਿਉਂਕਿ ਖੰਡ ਨੇ ਵੀ ਪਾਣੀ ਛੱਡਤਾ ਢਿੱਲਾ ਹੋ ਗਿਆ ਤੇ ਦੁੱਧ ਵੀ ਜਿਹੜਾ ਵਿੱਚ ਹਲੇ ਲਿਕੜ ਸੀਗਾ ਇਸ ਕਰਕੇ ਪਤਲਾ ਸੀ ਇਹਨੂੰ ਆਪਾਂ ਓਨੀ ਦੇਰ ਪਕਾਵਾਂਗੇ ਜਿੰਨੀ ਦੇਰ ਇਹ ਕੜਾਈ ਨਾਲੋਂ ਅਲੱਗ ਨਹੀਂ ਹੋਣ ਲੱਗ ਜਾਂਦਾ ਕਿਉਂ ਨਹੀਂ ਛੱਡਣ ਲੱਗ ਜਾਂਦਾ ਇਹ ਮਠਿਆਈ ਬਿਲਕੁਲ ਕਲਾਕੰਦ ਵਰਗਾ ਟੇਸਟ ਆ ਜਿਹੜਾ ਬਣਦਾ ਹੈ ਆ ਦੇਖੋ ਦੁੱਧਾ ਜਿਹੜਾ ਬਿਲਕੁਲ ਸੁੱਕ ਗਿਆ ਤੇ ਕੜਾਈ ਨਾਲੋਂ ਜਿਹੜਾ ਇਹ ਅਲੱਗ ਹੋਣ ਲੱਗ ਗਿਆ ਤੇ ਹੁਣ ਆਪਾਂ ਕੀ ਕਰਾਂਗੇ ਗੈਸ ਨੂੰ ਜਿਹੜਾ ਆਪਾਂ ਬੰਦ ਕਰ ਦੇਵਾਂਗੇ ਤੇ ਜਦੋਂ ਆਪਾਂ ਇਹਦੇ ਲੱਡੂ ਬੱਟਨੇ ਆ ਹਲਕਾ ਜੈ ਇਹਨੂੰ ਆਪਾਂ ਠੰਡਾ ਕਰ ਲੈਣਾ ਕਿਉਂਕਿ ਗਰਮ-ਗਰਮ ਦੇ ਤਾਂ ਲੱਡੂ ਜਿਹੜੇ ਆਪਾਂ ਬਣਾਉਣੇ ਆ ਬਿੰਨੀਆ ਜਾਂ ਲੱਡੂ ਜੇਕਰ ਤੁਸੀਂ ਬਰਫੀ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਇੱਕ ਥਾਲ ਜਾਂ ਟ੍ਰੇ ਲੈ ਕੇ ਵੀ ਬਣਾ ਸਕਦੇ ਆ ਲਓ ਜੀ ਮੈਂ 15-20 ਮਿੰਟ ਲਈ ਉਹਨੂੰ ਠੰਡਾ ਹੋਣ ਲਈ ਰੱਖ ਦਿੱਤਾ ਸੀ ਹੁਣ ਆਪਾਂ ਇੱਕ ਅਲੱਗ ਭਾਂਡੇ ਦੇ ਵਿੱਚ ਇਹਨੂੰ ਕੱਢ ਲਿਆ ਤੇ ਇਹ ਕਾਫੀ ਠੰਡਾ ਹੋ ਗਿਆ ਹੁਣ ਆਪਾਂ ਤੁਹਾਨੂੰ ਲੱਡੂ ਬਣਾ ਕੇ ਦਿਖਾਵਾਂਗੇ ਬਿਲਕੁਲ ਮਲਾਈ ਵਰਗੇ ਲੱਡੂ ਬਹੁਤ ਹੀ ਟੇਸਟੀ ਜਿਸ ਤਰ੍ਹਾਂ ਤੁਸੀਂ ਬਾਜ਼ਾਰ ਦੀ ਮਠਿਆਈ ਖਾਣੇ ਹੁੰਨੇ ਆ ਉਸੇ ਤਰ੍ਹਾਂ ਦਾ ਟੇਸਟ ਦਾ ਹਰਵਾਈ ਸਟਾਈਲ ਬਣਾਇਆ ਤੇ ਹੁਣ ਆਪਾਂ ਤੁਹਾਨੂੰ ਛੋਟੇ ਛੋਟੇ ਜਿਹੜੇ ਲੱਡੂ ਬਣਾ ਕੇ ਦਿਖਾਵਾਂਗੇ ਬਹੁਤ ਹੀ ਸੌਫਟ ਲੱਡੂ ਬਣਦੇ ਆ ਮੂੰਹ ਦੇ ਵਿੱਚ ਘੁਲਣ ਵਾਲੇ ਆ ਦੇਖੋ ਜੇਕਰ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਪਾਉਣਾ ਚਾਹੁੰਦੇ ਆ ਤਾਂ ਤੁਸੀਂ ਕੋਈ ਵੀ ਡਰਾਈ ਫਰੂਟ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਆ ਇਲਾਇਚੀ ਪਾਊਡਰ ਵੀ ਪਾ ਸਕਦੇ ਆ ਅੱਜ ਮੈਂ ਜਿਹੜਾ ਕੋਈ ਵੀ ਇਹਦੇ ਵਿੱਚ ਫਲੇਵਰ ਨਾ ਤਾਂ ਇਲਾਇਚੀ ਪਾਊਡਰ ਪਾਇਆ ਕਿਉਂਕਿ ਕਈ ਵਾਰ ਬੱਚਿਆਂ ਨੂੰ ਨਹੀਂ ਪਸੰਦ ਆਉਂਦੇ ਨਾ ਹੀ ਮੈਂ ਕੋਈ ਡਰਾਈ ਫਰੂਟ ਪਾਇਆ ਜੇਕਰ ਤੁਸੀਂ ਡਰਾਈ ਫਰੂਟ ਪਾਉਣਾ ਚਾਹੁੰਦੇ ਆ ਤਾਂ ਮਿਕਸੀ ਦੇ ਵਿੱਚ ਵੀ ਗ੍ਰाइंड ਕਰਕੇ ਵੀ ਪਾ ਸਕਦੇ ਆ ਜਾਂ ਬਰੀਕ-ਬਰੀਕ ਕੱਟ ਕੇ ਬਦਾਮ ਕਾਜੂ ਪਿਸਤਾ ਕੁਝ ਵੀ ਪਾ ਸਕਦੇ ਆ ਜੇ ਨਾਰੀਅਲ ਦਾ ਬੂਰਾ ਪਾਉਣਾ ਚਾਹੁੰਦੇ ਆ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਬਣਦਾ ਉਹ ਵੀ ਤੁਸੀਂ ਪਾ ਸਕਦੇ ਆ ਇਸ ਤਰ੍ਹਾਂ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲੈਣੇ ਆ ਕਿਉਂਕਿ ਰੱਖੜੀ ਦਾ ਤਿਉਹਾਰ ਆਉਂਦਾ ਜਾਂਦਾ ਤੁਸੀਂ ਵੀ ਜ਼ਰੂਰ ਘਰ ਵਿੱਚ ਬਣਾ ਕੇ ਟਰਾਈ ਕਰਕੇ ਦੇਖੋ ਤੁਸੀਂ ਵੀ ਬਣਾ ਲੋਗੇ ਬਹੁਤ ਸੋਹਣੇ ਲੱਗਦੇ ਆ ਲਓ ਜੀ ਆਪਾਂ ਪੇਪਰ ਕੱਫ ਲੈ ਕੱਪ ਲੈ ਲਿਆ ਉਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਸਜਾ ਲਿਆ ਤੇ ਜ਼ਰੂਰੀ ਨਹੀਂ ਹੈਗਾ ਵੀ ਜੇ ਤੁਸੀਂ ਵੀ ਇਸ ਤਰ੍ਹਾਂ ਕੋਈ ਗੱਲ ਨਹੀਂ ਜੇ ਨਹੀਂ ਹੈਗੇ ਤੁਹਾਡੇ ਕੋਲੇ ਨਹੀਂ ਮਿਲ ਰਹੇ ਤਾਂ ਕੋਈ ਚੱਕਰ ਨਹੀਂ ਤੇ ਤੁਸੀਂ ਇਸ ਬਹੁਤ ਹੀ ਵਧੀਆ ਤੇ ਟੇਸਟੀ ਮਠਿਆਈ ਬਣ ਕੇ ਤਿਆਰ ਹੁੰਦੀ ਆ ਕੋਈ ਜ਼ਿਆਦਾ ਮੁਸ਼ਕਲ ਨਹੀਂ ਨਾ ਹੀ ਜ਼ਿਆਦਾ ਆਪਾਂ ਨੂੰ ਮਿਹਨਤ ਦੀ ਲੋੜ ਆ ਤੇ ਨਾ ਹੀ ਜ਼ਿਆਦਾ ਆਪਾਂ ਨੂੰ ਕੋਈ ਜ਼ਿਆਦਾ ਸਮਾਨ ਦੀ ਲੋੜ ਆ ਸਿਰਫ ਆਪਾਂ ਨੂੰ ਦੁੱਧ ਦੀ ਲੋੜ ਆ ਜੇਕਰ ਤੁਸੀਂ ਪਨੀਰ ਘਰੇ ਨਹੀਂ ਬਣਾਉਣਾ ਚਾਹੁੰਦੇ ਤਾਂ ਪਨੀਰ ਆ ਜਿਹੜਾ ਤੁਸੀਂ ਬਾਜ਼ਾਰੋਂ ਵੀ ਲੈ ਸਕਦੇ ਆ ਲਓ ਜੀ ਹੁਣ ਆਪਾਂ ਤੁਹਾਨੂੰ ਇੱਕ ਲੱਡੂ ਨੂੰ ਤੋੜ ਕੇ ਦਿਖਾਉਣੀ ਆ ਬਹੁਤ ਹੀ ਜ਼ਿਆਦਾ ਸੌਫਟ ਬਣਿਆ ਆ ਆ ਦੇਖੋ ਕਲਰ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਟੇਸਟ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਕਿਉਂਕਿ ਤਿਆਰਾਂ ਦੇ ਵਿੱਚ ਜਿਹੜਾ ਮਠਿਆਈ ਨੂੰ ਆਪਾਂ ਸਾਫ਼ ਸੁਥਰੀ ਮਠਿਆਈ ਨੂੰ ਘਰ ਵਿੱਚ ਬਣਾ ਸਕਦੇ ਆ ਤੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਤੇ ਸਾਰਿਆਂ ਨੂੰ ਤੁਹਾਡੇ ਫੈਮਿਲੀ ਮੈਂਬਰ ਤੁਹਾਡੇ ਬੱਚਿਆਂ ਨੂੰ ਜ਼ਰੂਰ ਪਸੰਦ ਆਊਗੀ ਜਦੋਂ ਤੁਸੀਂ ਇੱਕ ਵਾਰ ਬਣਾ ਕੇ ਖਵਾਉਂਗੇ ਤਾਂ ਫਿਰ ਤੁਹਾ ਤੋਂ ਜਿਹੜਾ ਵਾਰ-ਵਾਰ ਬਣਵਾਉਣ ਦੀ ਮੰਗ ਕਰਨਗੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਮਠਿਆਈ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ